ਕੈਨੇਡਾ ਦੇ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਚਾਅ ਸੀਗਾ ਸਟੂਡੈਂਟ ਦੇ ਮਨਾਂ ਦੇ ਵਿੱਚ ਵੀ, ਵੀ ਜਨਵਰੀ ਇਨਟੇਕ ਦੇ ਵਿੱਚ ਆਪਾਂ ਹਮੇਸ਼ਾ ਹੀ ਗੱਲ ਕੀਤੀ ਹੈ ਵੀ ਆਪਾਂ ਵੀਡੀਓ ਵੀ ਬਣਾਈ ਸੀ ਤੁਹਾਡੇ ਆਫਿਸ ਜਾ ਕੇ ਵੀ, ਵੀ ਬਹੁਤ ਸਾਰੇ ਵੀਜ਼ੇ ਆਏ ਸੀਗੇ, ਵੀ ਹਜ਼ਾਰਾਂ ਦੀ ਗਿਣਤੀ 'ਚ ਵੀਜ਼ੇ ਆਏ ਆ ਔਰ ਹਰੇਕ ਸਟੂਡੈਂਟ ਨੂੰ ਤਕਰੀਬਨ 100% ਸਕਸੈਸ ਰੇਟ ਜਿਹੜਾ ਤੁਸੀਂ ਕਿਹਾ ਸੀ ਵੀ ਸਾਡਾ ਆ ਰਿਹਾ। ਪਰ ਇੱਕਦਮ ਰੂਲ ਚੇਂਜ ਹੁੰਦੇ ਆ, ਪਹਿਲਾਂ GIC ਡਬਲ ਹੋ ਜਾਂਦੀ ਹੈ ਔਰ ਨਾਲ ਦੀ ਨਾਲ ਜਿਹੜੇ ਹੁਣ ਵੱਡੇ ਹੋਰ ਵੀ ਝਟਕੇ ਮਿਲਦੇ ਆ, ਤੇ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਸਾਰੀ ਪਲੈਨਿੰਗ ਨੂੰ, ਕਿਸ ਤਰ੍ਹਾਂ ਦੇ ਨਾਲ ਕਰ ਰਹੀ ਹੈ ਕੈਨੇਡੀਅਨ ਗਵਰਨਮੈਂਟ? ਦੇਖੋ ਜੀ ਅਪਲਵਿੰਦਰ ਜੀ, ਜੋ ਤੁਸੀਂ ਗੱਲ ਕਹੀ ਹੈ ਵੀ ਝਟਕਾ ਝਟਕਾ ਤਾਂ ਜੋ ਕੈਨੇਡਾ ਗਵਰਨਮੈਂਟ ਨੇ ਦੇਣਾ ਸੀਗਾ ਉਹ ਸ਼ਾਇਦ ਕਈਆਂ ਨੂੰ ਮਨਜ਼ੂਰ ਹੋਇਆ ਤੇ ਕਈਆਂ ਨੂੰ ਨਾ ਮਨਜ਼ੂਰ ਹੋਇਆ। ਸਭ ਤੋਂ ਵੱਡਾ ਝਟਕਾ ਦਿੱਤਾ ਉਹਨਾਂ ਨੇ ਜਿਹੜਾ ਪਲੱਸ ਟੂ ਤੋਂ ਬਾਅਦ ਜਿਹੜਾ ਅੱਗੇ ਸਪਾਊਸ ਚਲਾ ਜਾਂਦਾ ਸੀ, ਨਾਲ ਵੀ ਚਲੇ ਜਾਂਦੇ ਸੀ ਜਾਂ ਉਹਨਾਂ ਦੇ ਜਾਣ ਤੋਂ ਬਾਅਦ ਮੀਆਂ ਬੀਬੀ ਜਾਂ ਹਸਬੈਂਡ ਜਾਂ ਵਾਈਫ ਬਾਅਦ ਚੋਂ ਵੀ ਚਲੇ ਜਾਂਦੇ ਸੀਗੇ, ਸੋ ਉਹਨਾਂ ਨੇ ਲਗਭਗ ਖਤਮ ਕਰ ਦਿੱਤਾ ਹੈ। ਪਰ ਇਸ ਦੀ ਅਜੇ ਡੇਟ ਨਹੀਂ ਦਿੱਤੀ ਵੀ ਕਦੋਂ ਤੋਂ ਬੰਦ ਹੋਵੇਗਾ। ਉਹਨਾਂ ਨੇ ਕਿਹਾ ਵੀ ਫਿਊ ਵੀਕਸ 'ਚ ਅਸੀਂ ਡਿਸੀਜਨ ਲਵਾਂਗੇ, ਵੀ ਆਉਣ ਵਾਲੇ ਹਫ਼ਤਿਆਂ 'ਚ ਉਸ ਬਾਰੇ ਉਹ ਇੱਕ ਡੇਟ ਫਿਕਸ ਕਰ ਦੇਣਗੇ ਵੀ ਇਸ ਤਰੀਕ ਤੋਂ ਬੰਦ ਹੋ ਸਕਦਾ ਹੋ ਜੂਗਾ, ਯਾਨੀ ਕਿ ਚਾਹੇ ਉਹ ਕੱਲ੍ਹ ਹੋ ਜਾਵੇ, ਚਾਹੇ ਉਹ ਆਉਣ ਵਾਲੇ 2 ਮਹੀਨਿਆਂ 'ਚ ਹੋ ਜਾਵੇ, ਜਾਂ ਹੋ ਸਕਦਾ ਮਾਰਚ ਤੱਕ ਹੋ ਜਾਵੇ, ਹੋ ਸਕਦਾ ਉਹ ਸਤੰਬਰ ਤੱਕ ਚਲਾ ਜਾਵੇ। ਸੋ ਇਹ ਬਹੁਤ ਵੱਡਾ ਝਟਕਾ ਹੈ, ਇਸ ਨਾਲ ਬਹੁਤ ਹੀ ਲੋਕਾਂ ਵਿੱਚ ਡਰ ਹੈ ਤੇ ਕਿਤੇ ਨਾ ਕਿਤੇ ਮੈਨੂੰ ਜਿੱਥੇ ਲੱਗਦਾ ਹੈ ਜੋ ਪਲੱਸ ਟੂ ਤੋਂ ਬਾਅਦ ਵਿਆਹ ਹੋਇਆ ਸੀ, ਜਿਨ੍ਹਾਂ ਲੋਕਾਂ ਦਾ ਨਵੇਂ ਵਿਆਹ ਹੋਏ ਸੀ ਜਾਂ ਅਜੇ ਫਾਈਲਾਂ ਬਾਰੇ ਡਿਸਕਸ ਕਰ ਰਹੇ ਸੀ ਜਾਂ ਰਿਸ਼ਤਿਆਂ ਦੀ ਗੱਲ ਚੱਲ ਰਹੀ ਸੀ, ਤੇ ਕਈ ਏਜੰਟਾਂ ਦਾ ਧੰਦਾ ਵੀ ਇਸ ਨੂੰ ਲੈ ਕੇ ਖਤਮ ਹੀ ਹੋ ਗਿਆ ਹੈ, ਜਿਹੜੇ ਫੇਕ ਮੈਰਿਜਾਂ ਕਰਵਾ ਕੇ ਭੇਜਦੇ ਸੀ ਕੁੜੀਆਂ ਮੁੰਡਿਆਂ ਦੀਆਂ, ਸੋ ਉਹ ਖਤਮ ਹੀ ਹੋ ਗਿਆ ਤੇ ਬਹੁਤ ਰਿਸ਼ਤੇ ਵੀ ਖਰਾਬ ਹੋ ਰਹੇ ਨੇ ਜਿਨ੍ਹਾਂ ਦੇ ਵਿਆਹ ਹੋ ਚੁੱਕੇ ਸੀਗੇ ਤੇ ਹੁਣ ਉਹਨਾਂ ਨੂੰ ਦੁਬਿਧਾ ਪੈ ਗਈ ਵੀ ਕਿਵੇਂ ਫਾਈਲ ਲਗਾਈ ਜਾਵੇ ਜਾਂ ਨਾ ਲਗਾਈ ਜਾਵੇ, ਵੀ ਅਸੀਂ ਤਾਂ ਵਿਆਹ ਹੀ ਇਹ ਬਾਹਰ ਜਾਣ ਵਾਸਤੇ ਕੀਤਾ ਸੀਗਾ। ਸੋ ਉਸ ਤੋਂ ਇਲਾਵਾ ਦੂਜਾ ਝਟਕਾ ਦਿੱਤਾ ਉਹਨਾਂ ਨੇ ਜੋ ਉਹ ਹੈ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ, ਜੋ ਕਿ ਕਾਲਜਸ ਸੀਗੇ ਉਹਨਾਂ ਵਿੱਚ ਜੋ ਬੱਚੇ ਸਟੱਡੀ ਕਰਦੇ ਸੀਗੇ ਉਹਨਾਂ ਨੂੰ, ਜੋ ਸਟੱਡੀ ਕਰ ਰਹੇ ਹੈ ਉਹਨਾਂ ਨੂੰ ਤਾਂ ਵਰਕ ਪਰਮਿਟ ਹੈ, ਯਾਨੀ ਕਿ 1 ਸਤੰਬਰ 2024 ਤੋਂ ਉਹਨਾਂ ਨੇ ਕਿਹਾ ਹੈ ਵੀ ਅਗਰ ਤੁਸੀਂ ਇਸ ਕਾਲਜ ਇਹਨਾਂ ਕਾਲਜਾਂ ਵਿੱਚ ਸਟੱਡੀ ਕਰੋਗੇ ਤਾਂ ਤੁਹਾਨੂੰ ਵਰਕ ਪਰਮਿਟ ਯਾਨੀ ਕਿ ਪੋਸਟ ਸਟੱਡੀ ਵਰਕ ਵੀਜ਼ਾ ਨਹੀਂ ਮਿਲੇਗਾ, ਚਾਹੇ ਤੁਸੀਂ ਕੋਈ ਵੀ ਕੋਰਸ ਕਰਦੇ ਹੋ। ਸੋ ਉਹ ਇੱਕ ਝਟਕਾ ਸੀਗਾ। ਤੀਸਰਾ ਸਭ ਤੋਂ ਵੱਡਾ ਜੋ ਝਟਕਾ ਲੱਗਦਾ ਹੈ ਉਹ ਹੈ ਉਹਨਾਂ ਨੇ ਇੱਕ ਹਰ ਪ੍ਰੋਵਿੰਸ ਨੂੰ ਕਿਹਾ ਹੈ ਵੀ ਅਥੋਰਾਈਜ਼ ਲੈਟਰ ਚਾਹੀਦੀ ਹੈ ਉਹਨਾਂ ਨੂੰ ਫਾਈਲ ਲਾਉਣ ਲਈ ਹਰੇਕ ਪ੍ਰੋਵਿੰਸ ਦੀ, ਜਿੱਦਾਂ ਕਿ ਆਪਾਂ ਗੱਲ ਕਰਦੇ ਹਾਂ ਕਿਊਬਕ ਵਿੱਚ CAQ ਹੁੰਦਾ ਸੀਗਾ, ਉਸੇ ਤਰ੍ਹਾਂ ਹਰ ਇੱਕ ਪ੍ਰੋਵਿੰਸ 'ਚੋਂ ਇੱਕ ਅਥੋਰਾਈਜ਼ ਲੈਟਰ ਚਾਹੀਦੀ ਹੋਊਗੀ, ਜੋ ਕਿ ਅਜੇ ਤੱਕ ਕਿਸੇ ਨੇ ਕਿਸੇ ਵੀ ਸਟੇਟ ਜਾਂ ਪ੍ਰੋਵਿੰਸ ਨੂੰ ਅਜੇ ਪਤਾ ਨਹੀਂ ਉਹ ਕਿੱਦਾਂ ਅਸੀਂ ਉਹਨਾਂ ਨੇ ਬਣਾਉਣੀ ਹੈ ਜਾਂ ਕਿੱਦਾਂ ਉਹ ਸਟੂਡੈਂਟ ਨੂੰ ਦਿੱਤੀ ਜਾਏਗੀ, ਅਜੇ ਤੇ ਉਹ ਤੋਂ ਕਲੈਰਿਟੀ ਨਹੀਂ ਦਿੱਤੀ। ਤੇ ਇਸ ਦੇ ਨਾਲ ਹੀ 22 ਜਨਵਰੀ ਤੋਂ ਬਾਅਦ ਕੋਈ ਵੀ ਫਾਈਲ ਨਹੀਂ ਲੱਗ ਰਹੀ, ਅਗਰ ਫਾਈਲ ਲੱਗੇਗੀ ਤਾਂ ਉਹ ਇਨਵੈਲਿਡ ਹੋ ਜਾਏਗੀ। ਬਟ ਇੱਕੋ ਇੱਕ ਸਟੇਟ ਦੀ ਫਾਈਲ ਲੱਗ ਰਹੀ ਹੈ, ਉਹ ਹੈ ਮੋਂਟਰੀਅਲ ਯਾਨੀ ਕਿ ਕਿਊਬੈਕ ਦੀ ਫਾਈਲ ਲੱਗ ਰਹੀ ਹੈ। ਸੋ ਇਹ 2-3 ਝਟਕੇ ਦਿੱਤੇ ਹਨ ਕੈਨੇਡੀਅਨ ਗਵਰਨਮੈਂਟ ਨੇ। ਜੋ ਇੱਕ ਝਟਕੇ ਦਿੱਤੇ ਆ ਉਸਦੇ ਵੱਡੇ ਕਾਰਨ ਵੀ ਹੋ ਸਕਦੇ ਆ ਕਿਤੇ ਨਾ ਕਿਤੇ ਉਹਨਾਂ ਦੇ, ਜੇ ਆਪਾਂ ਗੱਲ ਕਰੀਏ ਹਾਊਸਿੰਗ ਨੂੰ ਲੈ ਕੇ ਜਾਂ ਲੇਬਰ ਸ਼ਾਰਟੇਜ ਨੂੰ ਲੈ ਕੇ ਜਾਂ ਸਕਿੱਲਸ ਸ਼ਾਰਟੇਜ ਨੂੰ ਲੈ ਕੇ। ਸੋ ਇਹ ਚੀਜ਼ਾਂ ਬਹੁਤ ਵੱਡੀਆਂ ਅਪਡੇਟਸ ਆਈਆਂ ਕੈਨੇਡਾ ਵਿੱਚੋਂ 22 ਜਨਵਰੀ ਦੀ,
ਇੰਡੀਆ ਦੀ ਰਾਤ ਨੂੰ ਤੇ ਉਧਰ ਕੈਨੇਡਾ ਦੀ ਸਵੇਰ ਨੂੰ। ਬਿਲਕੁਲ, ਬਹੁਤ ਸਾਰੇ ਵੱਡੇ ਚੇਂਜਿੰਗ ਹੋਏ ਆ। ਸਕਰੀਨ ਦੇ ਉੱਤੇ ਨੰਬਰ ਆ ਰਿਹਾ, ਤੁਸੀਂ ਸਾਡੇ ਅੱਜ ਦੇ ਐਕਸਪਰਟ ਦੇ ਨਾਲ ਗੱਲ ਕਰ ਸਕਦੇ ਹੋ। ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ, ਹਜੇ ਵੀ ਕਿਸ ਤਰ੍ਹਾਂ ਦੇ ਨਾਲ ਜਾ ਸਕਦੇ ਹੋ, ਸਾਰੀਆਂ ਆਪਸ਼ਨਸ ਦੇ ਲਈ, ਜਾਂ ਆਸਟ੍ਰੇਲੀਆ ਜਾਣਾ, ਯੂਕੇ ਜਾਣਾ, ਨਿਊਜ਼ੀਲੈਂਡ ਜਾਣਾ, ਤਾਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਸਰ, ਜਿਵੇਂ ਹੁਣ 22 ਜਨਵਰੀ ਤੋਂ ਬਾਅਦ ਜਿਹੜੇ ਸਟੂਡੈਂਟ ਜਾਣਾ ਚਾਹੁੰਦੇ ਆ, ਜਾਂ ਜਿਨ੍ਹਾਂ ਨੇ GIC ਪੇ ਕਰਤਾ, ਫੀਸ ਵੀ ਪੇ ਕਰਤੀ, ਔਰ ਜਿਹੜਾ ਤੁਸੀਂ ਹੁਣੇ ਅਟੈਸਟੇਸ਼ਨ ਲੈਟਰ ਹੈ ਜਿਵੇਂ ਕਿਸੇ ਉਹਨੇ ਦੇਣਾ ਹੈ ਪ੍ਰੋਵਿੰਸ ਨੇ, ਉਹਦੇ ਬਾਰੇ ਹਜੇ ਪ੍ਰਕਿਰਿਆ ਤੁਸੀਂ ਕਹਿੰਦੇ ਹੋ ਹਜੇ ਕੋਈ ਆਈ ਨਹੀਂ, ਮਤਲਬ ਵੀ ਕਿਸ ਤਰ੍ਹਾਂ ਦੇ ਨਾਲ ਉਹ ਮਿਲੂਗਾ ਜਾਂ ਕਿੱਥੇ ਅਪਲਾਈ ਹੋਊਗਾ, ਇਸ ਤਰ੍ਹਾਂ ਦੀਆਂ ਹਜੇ ਇਹ ਚੀਜ਼ਾਂ ਨਹੀਂ ਹੋਈਆਂ, ਤੇ ਉਹਨਾਂ ਨੂੰ ਕੀ ਰੁਕਣਾ ਪਊਗਾ? ਉਹਨਾਂ ਦੇ ਪੈਸੇ ਉੱਥੇ ਪਏ ਹੋਏ ਆ, ਯਾਨੀ GIC ਵੀ ਪਈ ਹੈ, ਫੀਸ ਵੀ ਪਈ ਹੈ, ਤੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਮੈਨੇਜ ਕਰਨਾ ਦੇਖੋ ਪਊਗਾ ਸਟੂਡੈਂਟ? ਬਲਵਿੰਦਰ ਜੀ, ਜੇ ਆਪਾਂ ਗੱਲ ਕਰੀਏ ਜਿਨ੍ਹਾਂ ਬੱਚਿਆਂ ਨੇ ਫੀਸਾਂ ਤੇ GIC ਭਰ ਦਿੱਤੀਆਂ ਗਈਆਂ ਹਨ ਤੇ ਉਹਨਾਂ ਦੇ ਕਾਲਜ ਕਿਊਬਿਕ ਤੋਂ ਬਾਹਰ ਨੇ, ਹੋਰ ਕਿਸੇ ਵੀ ਪ੍ਰੋਵਿੰਸ, ਚਾਹੇ ਉਹ ਓਨਟਾਰੀਓ, ਚਾਹੇ ਉਹ BC ਆ, ਬ੍ਰਿਟਿਸ਼ ਕੋਲੰਬੀਆ ਜਾਂ ਅਲਬਰਟਾ ਜਾਂ ਸਸਕੈਚਵਿਨ ਜਾਂ ਮੈਨੀਟੋਬਾ, ਕਿਸੇ ਵੀ ਪ੍ਰੋਵਿੰਸ ਚ ਕਿਊਬਿਕ ਤੋਂ ਬਾਹਰ ਉਹ ਆਪਣੀ ਫਾਈਲ ਨਹੀਂ ਲਾ ਸਕਦੇ। ਅਗਰ ਉਹ ਫਾਈਲ ਲਾਣਗੇ ਤਾਂ ਉਹ ਇਨਵੈਲਿਡ ਹੋ ਜਾਏਗੀ, ਉਹਨਾਂ ਚਿਕਰ ਉਹ ਫਾਈਲ ਨਹੀਂ ਲੱਗੇਗੀ ਜਿੰਨਾ ਚਿਕਰ ਉਹ ਉਹਨਾਂ ਦੀ ਪ੍ਰੋਵਿੰਸ ਉਹਨੂੰ ਆਥੋਰਾਈਜ਼, ਜੋ ਕਿ ਲੈਟਰ ਨਹੀਂ ਦਿੰਦੀ। ਸੋ ਉਹ ਜੇ ਆਪਾਂ ਗੱਲ ਕਰੀਏ, ਸਿਰਫ ਤੇ ਸਿਰਫ ਕਿਊਬਿਕ ਵਾਲੇ ਹੀ ਬੱਚੇ ਅਜੇ ਫਾਈਲ ਲਾ ਸਕਦੇ, ਉਹਨਾਂ ਕੋਲ ਵੀ ਜੇ CAQ ਹੈ। ਸੋ ਜੇ ਆਪਾਂ ਗੱਲ ਕਰੀਏ ਜਿਨ੍ਹਾਂ ਸਟੂਡੈਂਟ ਨੇ ਆਪਣੀ ਇਕੱਲੀ GIC ਭਰੀ ਹੈ ਤੇ ਫੀਸ ਭਰਨੀ ਆਉਂਦੀ ਹੈ, ਉਹਨਾਂ ਦੀ ਬਾਕੀ ਹੈ, ਉਹਨਾਂ ਦੀ ਆਫਰ ਲੈਟਰ ਆ ਚੁੱਕੀ ਹੈ, ਸੋ ਉਹ ਸਟੂਡੈਂਟ ਅਜੇ ਵੀ ਆਪਣਾ ਜੇ ਚੇਂਜ ਕਰ ਸਕਦੇ ਆ ਕਾਲਜ। ਬਟ ਜਿਨ੍ਹਾਂ ਨੇ ਫੀਸ ਭਰ ਦਿੱਤੀ ਹੈ ਤੇ ਆਪਣਾ ਸਾਰਾ ਕੁਝ ਕਰਕੇ ਬੈਠੇ ਹਨ, ਉਹ ਸਟੂਡੈਂਟ ਅਜੇ ਫਾਈਲ ਨਾ ਲਾਣ, ਉਹ ਫਾਈਲ ਅਜੇ ਥੋੜੇ ਦਿਨ ਰੁਕ ਜਾਣ ਜਿੰਨਾ ਚਿਕਰ ਕਲੈਰਿਟੀ ਨਹੀਂ ਆਉਂਦੀ ਇਸ ਤੇ। ਕੋਈ ਪੋਰਟਲ ਨਹੀਂ ਬਣਦਾ ਜਿੱਦਾਂ ਕਿ CAQ ਅਪਲਾਈ ਹੁੰਦਾ ਕਿਊਬੈਕ 'ਚ, ਹਰ ਉਹ ਚੀਜ਼, ਹਰ ਪ੍ਰੋਵਿੰਸ ਇਹ ਚੀਜ਼ ਨੂੰ ਲੈ ਕੇ ਆਵੇਗੀ, ਜ਼ਰੂਰ ਲੈ ਕੇ ਆਵੇਗੀ, ਬਟ ਅਜੇ ਉਹ ਸ਼ਾਇਦ ਉਹਨਾਂ ਨੂੰ ਨਵਾਂ ਨਵਾਂ ਲੱਗ ਰਿਹਾ। ਇੱਕ ਕਾਲ ਆ ਰਹੀ ਹੈ, ਆਪਾਂ ਦੇਖਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਰ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕਾਈ ਬਾਰੇ ਪੁੱਛਣਾ ਸੀ, ਹਾਂਜੀ ਬਾਰੇ। ਹਾਂਜੀ, ਆਸਟ੍ਰੇਲੀਆ ਬਾਰੇ ਕੀ ਪੁੱਛਣਾ ਜੀ, ਕਿੱਥੋਂ ਬੋਲਦੇ ਆ ਜੀ? ਹਾਂਜੀ ਸਰ, ਅਸੀਂ ਮੋਕੀ ਦੇ ਤੋਂ ਬੋਲਦੇ ਪਏ ਹਾਂ, ਸੈਟੋ ਕੇ ਟੈਂਟ ਤੋਂ। ਹਾਂਜੀ 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 ਸਰ, ਮੇਰੇ ਬ੍ਰਦਰ ਦੀ ਫਾਈਲ ਆ, ਉਹਨਾਂ ਦੀ PTE ਕੀਤੀ ਸੀਗੀ। ਅੱਛਾ, PTE ਕਿੰਨੇ ਸਕੋਰ ਆ ਜੀ? ਉਹਨਾਂ ਦੇ ਸਕੋਰ ਹੈਗੇ ਨੇ 57 ਓਵਰਆਲ। 57 ਹੈ, ਤੇ ਕੀ ਪੜ੍ਹਾਈ ਕੀ ਕੀਤੀ ਹੈ ਉਹਨਾਂ ਨੇ ਜੀ? ਹਾਂਜੀ, ਉਹਨਾਂ ਨੇ ਪਲੱਸ 2 ਪਾਸ ਆਊਟ ਕੀਤੀ ਹੈ 2022 ਚ। 22 ਚ, ਤੇ ਕਿਹੜੇ ਸਟ੍ਰੀਮ ਕੀਤੀ ਹੈ? ਆਰਟਸ ਸਟ੍ਰੀਮ ਨਾਲ। ਅੱਛਾ ਜੀ, 100% ਨੇ। ਅੱਛਾ, 2022 ਤੋਂ ਲੈ ਕੇ ਤੁਸੀਂ ਤਿੰਨ ਦੇ 2024 ਆ ਗਿਆ, ਤੁਹਾਡਾ 2 ਸਾਲ ਦਾ ਗੈਪ ਹੋ ਗਿਆ ਹੈ। ਤੁਹਾਡੀ ਨੌਨ GT ਪ੍ਰੋਫਾਈਲ ਹੈ ਤਾਂ ਤੁਹਾਡੇ ਵੀਜ਼ਾ ਲੱਗਣ ਦੇ ਚਾਂਸਸ ਬਹੁਤ ਹੀ ਜ਼ਿਆਦਾ ਘੱਟ ਹੈ, ਇਸ ਲਈ ਇਸ ਪ੍ਰੋਫਾਈਲ ਨੂੰ ਲੈ ਕੇ ਤੁਸੀਂ ਐਲੀਜੀਬਲ ਨਹੀਂ ਹੋ, ਤੁਸੀਂ ਹੋਰ ਕੰਟਰੀ ਚੂਜ਼ ਕਰ ਸਕਦੇ ਹੋ। ਠੀਕ ਹੈ, USA ਜਾਂ UK ਲਈ ਤੁਸੀਂ ਐਲੀਜੀਬਲ ਹੋ, ਕੈਨੇਡਾ ਲਈ ਵੀ 60 PTE ਚਾਹੀਦੀ ਹੈ। ਸੋ ਅਗਰ ਤੁਹਾਡੇ ਕੋਲ ਫੰਡ ਹੈਗੇ ਆ ਤਾਂ ਤੁਸੀਂ ਨਿਊਜ਼ੀਲੈਂਡ ਵੀ ਅਪਲਾਈ ਕਰ ਸਕਦੇ ਹੋ। ਠੀਕ ਹੈ, ਤੇ ਸਰ ਇੱਕ ਹੋਰ ਫਾਈਲ ਆ, ਉਹ ਮੇਰੀ ਆਪਣੀ ਫਾਈਲ ਹੈ, ਮੇਰੀ ਆਪ ਦੀ। ਹਾਂਜੀ ਹਾਂਜੀ ਹਾਂਜੀ, ਮੈਂ 2023 ਚ ਪਾਸ ਆਊਟ ਕੀਤੀ ਹੈ ਪਲੱਸ 2 ਮੈਡੀਕਲ ਸਟ੍ਰੀਮ ਨਾਲ। ਹਾਂਜੀ, ਕਿਹੜੇ ਬੋਰਡ ਤੋਂ? ਤੋਂ CBSE ਬੋਰਡ ਤੋਂ। ਤੇ ਕਿੰਨੇ ਪਰਸੈਂਟ ਨੰਬਰ ਆ, ਤੇ IELTS ਜਾਂ PTE ਚੋਂ ਕਿੰਨੇ ਸਕੋਰ ਆ? ਹਾਂਜੀ, ਮੇਰੇ ਮੈਡੀਕਲ ਸਟ੍ਰੀਮ ਚ ਤਾਂ ਹੈਗੇ ਨੇ 74%। ਓਕੇ ਜੀ, ਤੇ ਮੇਰੇ IELTS ਸਰ ਹੈਗੇ 6.5 ਬੈਂਡ। ਓਕੇ ਜੀ, ਓਕੇ, 6.5 ਆ। ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ?
ਆਸਟ੍ਰੇਲੀਆ ਦੇ ਸਰ। ਹਾਂਜੀ ਤੁਸੀਂ ਜਾ ਸਕਦੇ ਹੋ ਜੀ ਆਸਟ੍ਰੇਲੀਆ, ਬਾਕੀ ਤੁਸੀਂ ਮੈਨੂੰ ਇਸੇ ਨੰਬਰ ਤੇ ਡਾਕੂਮੈਂਟ ਭੇਜ ਦਿਓ, ਮੈਨੂੰ ਸਵੇਰੇ ਗੱਲ ਕਰ ਲਓ, ਮੈਂ ਤੁਹਾਨੂੰ ਸਾਰੀ ਜੀਟੀ ਪ੍ਰੋਸੈਸ ਸਮਝਾ ਦੂੰਗਾ। ਹਾਂਜੀ ਬਾਕੀ ਸਰ ਫੰਡ ਵਗੈਰਾ ਤੁਸੀਂ ਆਪੇ ਸ਼ੋ ਕਰਦੇ ਹੋ ਨਹੀਂ ਜੀ, ਸਾਰਾ ਉਹ ਕੁਝ? ਤੁਹਾਨੂੰ ਦੱਸ ਦਾਂਗੇ ਵੀ ਤੁਹਾਡੇ ਹੀ ਫੰਡ ਸ਼ੋ ਹੋਣਗੇ, ਮੈਂ ਤੁਹਾਨੂੰ ਗਾਈਡ ਕਰ ਦੂੰਗਾ ਉਸ ਬਾਰੇ। ਠੀਕ ਹੈ ਜੀ? ਠੀਕ ਹੈ ਸਰ, ਠੀਕ ਹੈ ਜੀ।